ਅਰਸ਼ੁਕ ਟੀਵੀ ਯੂਐਸਏ ਨੂੰ ਮੇਰੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਆਹੀ ਕੁੜੀ ਇੱਕ ਵਿਆहे ਮੁੰਡੇ ਦਾ ਹੱਥ ਫੜਨ ਤੋਂ ਇਨਕਾਰ ਕਰ ਦਿੰਦੀ ਹੈ ਦੱਸ ਦਈਏ ਕਿ ਇਹ ਖਬਰ ਹਰਦੋਈ ਜ਼ਿਲ੍ਹੇ ਦੀ ਹੈ ਜਿਸ ਵਿੱਚ ਲਾੜਾ ਲਾੜੀ ਨੂੰ ਗੁਰੂ ਘਰ ਲਾਵਾਂ ਲੈ ਕੇ ਪੈਲਸ ਤੱਕ ਲੈ ਕੇ ਆਉਂਦਾ ਹੈ ਜਦੋਂ ਉਸ ਕੁੜੀ ਨੂੰ ਮੁੰਡੇ ਦਾ ਹੱਥ ਫੜਨ ਲਈ ਕਿਹਾ ਜਾਂਦਾ ਹੈ ਤਾਂ ਕੁੜੀ ਸਰੇਆਮ ਨਾ ਕਰ ਦਿੰਦੀ ਹੈ ਕੁੜੀ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮੁੰਡੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਮੁੰਡੇ ਕੋਲੋਂ ਦਾਜ ਦੀ ਮੰਗ ਕੀਤੀ ਗਈ ਹੈ ਪਰ ਮੁੰਡੇ ਵਾਲਿਆਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਮੁੰਡੇ ਨੇ ਕਿਹਾ ਕਿ ਮੈਂ ਸਾਰਾ ਦਿਨ ਉਸਦੇ ਨਾਲ ਸੀ ਗੱਡੀ ਦੇ ਵਿੱਚ ਵੀ ਕੋਈ ਸ਼ਰਾਬ ਦੀ ਬੋਤਲ ਨਹੀਂ ਸੀ ਉਸ ਤੋਂ ਬਾਅਦ ਕੁੜੀ ਵਿਆਹ ਵਿੱਚ ਕਾਫੀ ਰੋਲਾ ਪਾ ਦਿੰਦੀ ਹੈ ਤੇ ਉਹ ਮੁੰਡੇ ਦਾ ਹੱਥ ਫੜਨ ਤੋਂ ਇਨਕਾਰ ਕਰ ਦਿੰਦੀ ਹੈ ਉਸ ਤੋਂ ਬਾਅਦ ਮੁੰਡੇ ਦੀ ਮਾਂ ਬੀਪੀ ਵਧਨ ਕਾਰਨ ਬੇਹੋਸ਼ ਹੋ ਜਾਂਦੀ ਹੈ ਤੇ ਮੁੰਡਾ ਆਪਣੀ ਮਾਂ ਨੂੰ ਲੈ ਕੇ ਉਥੋਂ ਚਲਾ ਜਾਂਦਾ ਹੈ ਹਰਸ਼ਕ ਟੀਵੀ ਯੂਐਸਏ ਨੂੰ ਮਿਲੀ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਮੁੰਡੇ ਨੇ ਦੱਸਿਆ ਕਿ ਉਸ ਤੋਂ ਬਾਅਦ ਕੁੜੀ ਵਾਲਿਆਂ ਵੱਲੋਂ 3 ਲੱਖ ਰੁਪਏ ਦੀ ਮੰਗ ਕੀਤੀ ਗਈ ਪਰ ਮੁੰਡੇ ਨੇ 1 ਲੱਖ ਰੁਪਇਆ ਦੇ ਕੇ ਇਹ ਰਿਸ਼ਤਾ ਛੱਡ ਦਿੱਤਾ ਦੱਸਦੀ ਹੈ ਕਿ ਹੁਣ ਉਸ ਮੁੰਡੇ ਨੇ ਦੁਬਾਰਾ ਇੱਕ ਵਿਆਹ ਕਰਵਾ ਲਿਆ